ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਹੈ ਸਾਰਿਆਂ ਦਾ। ਹੋਪ ਕਰਦਾ ਤੁਸੀਂ ਸਾਰੇ ਜਾਣੇ ਠੀਕ ਹੋਗੇ। ਸੋ ਸਵਾਗਤ ਹੈ ਜੀ ਅੱਜ ਦੇ ਨਵੇਂ ਵਲੌਗ 'ਚ। ਸੋ ਵਲੌਗ 2-3 ਦਿਨ ਬਾਅਦ ਹੀ ਆ ਰਿਹਾ, ਰੈਸਟ ਮਾਰ ਲਈ ਸੀ ਆਪਾਂ ਟੋਚਣ ਵਾਲੀ ਵੀਡੀਓ ਤੋਂ ਬਾਅਦ। ਸੋ ਹੁਣ ਮੈਂ ਨਿਕਲਣ ਲੱਗਾ ਖੇਤਾਂ ਵਾਸਤੇ। ਤੁਸੀਂ ਦੇਖ ਸਕਦੇ ਹੋ ਟਰੈਕਟਰ 'ਤੇ ਹੀ ਬੈਠਾ ਹਾਂ ਬਸ, ਹੁਣ ਖੇਤਾਂ ਵਾਸਤੇ ਨਿਕਲ ਲੱਗਾ। ਆਪਾਂ ਇੱਕ 1.5 ਕਿੱਲੇ ਦੇ ਅੰਦਰ ਰੂਟਾਵੇਟਰ ਮਾਰਨਾ ਆ, ਅਤੇ ਉਸ ਤੋਂ ਬਾਅਦ ਉਹ 'ਚ ਕਰਾਂਗੇ ਖੀਰੇ ਦੀ ਬਿਜਾਈ। ਅੱਗੇ ਅੱਗੇ ਤੁਹਾਨੂੰ ਸਾਰਾ ਪ੍ਰੋਸੈਸ ਦਿਖਾਵਾਂਗੇ। ਸੋ ਹੁਣ ਚੱਲਦੇ ਹਾਂ ਸਿੱਧਾ ਖੇਤਾਂ 'ਚ, ਖੇਤਾਂ 'ਚ ਜਾ ਕੇ ਮਿਲਦਾ ਮੈਂ ਤੁਹਾਨੂੰ। ਸੋ ਪਹੁੰਚ ਗਿਆ ਸੀ ਮੈਂ ਖੇਤ 'ਚ, ਰੋਟਾਵੇਟਰ ਲੈ ਆਇਆ ਵਾਂ। ਸੋ ਹੁਣ ਆਪਾਂ ਆਪਣੇ ਰੈਗੂਲਰ ਕਿੱਤੇ 'ਚ ਆ ਗਏ ਹਾਂ, ਮਿਊਜ਼ਿਕ ਸਿਸਟਮ ਕੰਪਲੀਟ ਹੋ ਗਿਆ ਆ, ਹੈ ਨਾ। ਹੁਣ ਰੈਗੂਲਰ ਕੰਮ ਜਿਹੜੇ ਆਪਣੇ ਡੇਲੀ ਦੇ ਜਿੱਦਾਂ ਖੇਤੀ ਤੋਂ ਰਿਲੇਟਡ ਹੋ ਗਏ, ਹੈ ਨਾ, ਉਹਨਾਂ 'ਚ ਆ ਗਏ ਹਾਂ। ਅਤੇ ਇਸ ਟਾਈਮ ਦੇਖ ਲਓ ਤੁਸੀਂ ਵੀ ਆਹ ਖੇਤ ਵਾਹ ਕੇ ਗਏ ਹੋਏ ਸੀਗੇ, ਅਤੇ ਹੁਣ ਇਹ 'ਚ ਰੂਟਾਵੇਟਰ ਮਾਰਨਾ ਆਪਾਂ। ਲਓ ਜੀ ਦੇਖ ਲਓ ਤੁਸੀਂ, ਆਹ ਰੂਟਾਵੇਟਰ ਹੈ ਪਾ ਕੇ ਲਿਆਂਦਾ। ਸੋ ਜੀ ਸੁੱਖਾ ਬਾਈ ਆ ਰਿਹਾ ਹੁਣ, ਉਹ ਆ ਕੇ ਇਹਦੀ ਸ਼ਾਫਟ ਜਿਹੜੀ ਹੈ ਇਹ ਪਵਾ ਦੂਗਾ, ਸੋ ਫਿਰ ਮਾਰਾਂਗੇ ਰੂਟਾਵੇਟਰ। ਅਤੇ ਪਹਿਲਾਂ ਪਰਲੇ ਛੋਟੇ ਜਿਹੇ ਖੱਤੇ 'ਚ ਮਾਰ ਕੇ ਆਉਣਾ, ਜਿਹੜਾ 2 ਕਨਾਈ ਦਾ ਆਪਣਾ, ਠੀਕ ਹੈ। ਉੱਧਰ ਮਾਰਾਂਗੇ, ਫਿਰ ਇੱਧਰ ਮਾਰਾਂਗੇ, ਫਿਰ 1.5 ਕਿੱਲਾ ਉੱਧਰ ਹੈ, ਅਤੇ ਉਹ ਪਰੇ ਇੱਕ ਥਾਂ ਆ, ਕਨਾਲ ਉਹ ਆ, ਉੱਧਰ ਦੇਖਦੇ ਹਾਂ। ਉੱਧਰ ਯਾਰ ਇੱਕ ਤਾਰ ਨੀਵੀ ਹੈ, ਥੋੜ੍ਹਾ ਜਿਹਾ ਡਰ ਲੱਗਦਾ ਕਿਉਂਕਿ ਛਤਰੀ ਆਪਣੀ ਉੱਚੀ ਹੋ ਗਈ ਹੈ। ਪਹਿਲਾਂ ਵਾਲੀ ਛਤਰੀ ਨੂੰ ਵੀ ਟੱਚ ਹੁੰਦੀ ਸੀ ਤਾਰ, ਜਿੱਦਾਂ ਪਹਿਲਾਂ ਸੀ ਨਾ। ਸੋ ਦੇਖਦੇ ਹਾਂ, ਜਾਂ ਤਾਂ ਅੱਜ ਉੱਚੀ ਕਰਾ ਕੇ ਮਾਰਾਂਗੇ ਉਹਨੂੰ, ਜਾਂ ਫਿਰ ਉਹਨੂੰ ਹਲੇ ਛੱਡ ਦਾਂਗੇ। ਸੋ ਠੀਕ ਹੈ ਜੀ, ਅੱਗੇ ਇੱਕ ਵਾਰੀ ਮੈਂ ਇਹ ਕੰਮ ਜਦੋਂ ਸਟਾਰਟ ਕਰਾਂਗਾ ਅਤੇ ਫਿਰ ਤੁਹਾਨੂੰ ਮਿਲਦਾ ਹਾਂ। ਹੁਣ ਮੈਂ ਥੋੜ੍ਹੀ ਦੇਰ ਰੈਸਟ ਕਰ ਲਾਂ, ਜਿੰਨਾ ਬਾਈ ਸੁੱਖਾ ਬਾਈ ਆ ਰਿਹਾ, ਫਿਰ ਮਿਲਦਾ ਤੁਹਾਨੂੰ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਹੈ ਜੀ ਸਾਰਿਆਂ ਦਾ। ਹੋਪ ਕਰਦਾ ਤੁਸੀਂ ਸਾਰੇ ਜਾਣੇ ਠੀਕ ਹੋਗੇ। ਸੋ ਸਵਾਗਤ ਹੈ ਜੀ ਨਵੇਂ ਵਲੌਗ 'ਚ, ਨਵਾਂ ਵਲੌਗ। ਹੁਣ ਤੁਸੀਂ ਸੋਚ ਰਹੇ ਹੋ ਕਿ ਵੀ ਇੰਟਰੋ ਦੁਬਾਰਾ ਕਿਉਂ ਦਿੱਤੀ ਹੈ, ਪਹਿਲਾਂ ਵੀ ਦੇ ਚੁੱਕੇ ਹਾਂ। ਸੋ ਜੀ ਉਹ ਜਿਹੜਾ ਕਲਿੱਪ ਸੀਗਾ ਉਹ ਹੈਗਾ ਆ 3-4 ਦਿਨ ਪਹਿਲਾਂ ਦਾ। ਸੋ ਗੱਲ ਇੱਦਾਂ ਹੋਈ ਕਿ ਆਪਾਂ ਖੇਤ ਵਾਹੁਣਾ ਸੀਗਾ ਇੱਕ, ਅਤੇ ਖੇਤ ਵਾਹੁੰਦੇ 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 ਮਤਲਬ ਵੀ ਇੰਨੇ ਕੁ ਜ਼ਿਆਦਾ ਬਿਜ਼ੀ ਹੋ ਗਏ, ਵਲੌਗ ਕਰਿਆ ਹੀ ਨਹੀਂ। ਚਲੋ ਇੱਕ ਆਲਸ ਵੀ ਸੀ, ਠੀਕ ਹੈ, ਕੋਈ ਇੰਨਾ ਜ਼ਿਆਦਾ ਕੰਮ ਵੀ ਨਹੀਂ ਸੀਗਾ, ਆਲਸ ਜ਼ਿਆਦਾ ਮਾਰ ਗਿਆ ਆਪਾਂ ਨੂੰ। ਸੋ ਕੰਮ ਉੱਥੇ ਫਤਿਹ ਹੋ ਗਿਆ, ਹੁਣ ਮੈਂ ਚੱਲਿਆ ਦੁਬਾਰਾ, ਤੁਹਾਨੂੰ ਅੱਗੇ ਦੀ ਪੋਜੀਸ਼ਨ ਉੱਥੇ ਜਾ ਕੇ ਹੀ ਦੱਸਾਂਗਾ। ਫਿਲਹਾਲ ਮੈਂ ਨਿਕਲਣ ਲੱਗਾ ਘਰੋਂ, ਅਤੇ ਤੁਸੀਂ ਦੇਖ ਸਕਦੇ ਹਾਂ ਕਿ ਆਪਾਂ ਆਪਣੇ ਨੁੱਕਰੇ 'ਤੇ ਬੈਠੇ ਹਾਂ, ਅਤੇ ਬਸ ਕਰਦੇ ਹਾਂ ਇਹਨੂੰ ਸਟਾਰਟ ਅਤੇ ਨਿਕਲਦੇ ਹਾਂ ਬਾਈ ਇੱਥੋਂ, ਅਤੇ ਸਿੱਧਾ ਖੇਤ ਜਾ ਕੇ ਮਿਲਦੇ ਹਾਂ, ਕਿਉਂਕਿ ਉੱਥੇ ਜਾ ਕੇ ਹੀ ਤੁਹਾਨੂੰ ਸਮਝ ਆਏਗਾ ਕਿ ਇੰਨੇ ਦਿਨ ਵਲੌਗ ਕਿਉਂ ਨਹੀਂ ਆਇਆ। ਸੋ ਠੀਕ ਹੈ ਜੀ, ਨਿਕਲਦਾ ਮੈਂ ਇੱਥੋਂ, ਫਿਰ ਮਿਲਦਾ ਤੁਹਾਨੂੰ ਸਿੱਧਾ ਉੱਥੇ ਜਾ ਕੇ। ਲਓ ਮਿੱਤਰੋ ਪਹੁੰਚ ਗਏ ਉਸੇ ਖੇਤ 'ਚ ਜਿੱਥੇ ਮੈਂ ਵਲੌਗ ਦੀ ਸਟਾਰਟਿੰਗ ਕੀਤੀ ਸੀ, ਉਸ ਟਾਈਮ ਤੁਹਾਨੂੰ ਇੰਟਰੋ ਦਿੱਤੀ ਸੀਗੀ। ਸੋ ਦੇਖ ਲਓ ਜੀ, ਉਦਣ ਆਪਾਂ ਰੂਟਾਵੇਟਰ ਮਾਰ ਗਏ ਸੀਗੇ। ਇਹ ਬਾਈ ਹੁਣ ਖੇਤ ਤਿਆਰ ਕੀਤਾ ਆਪਾਂ ਖੀਰੇ ਵਾਸਤੇ, ਠੀਕ ਹੈ ਜੀ, ਇਹਦੇ 'ਚ ਲੱਗਣਾ ਹੈ ਖੀਰਾ। ਸੋ ਜੀ ਹਵਾ ਚੱਲ ਰਹੀ ਹੈ ਥੋੜ੍ਹੀ ਜੀ, ਮੈਨੂੰ ਲੱਗਦਾ ਵਿੰਡ ਨੋਇਸ ਵੀ ਆਏਗੀ, ਸੋ ਮੈਨੇਜ ਕਰ ਲਿਓ। ਸੋ ਜੀ ਅੱਜ ਦਾ ਆਪਣਾ ਕੰਮ ਇਹ ਹੈ ਕਿ ਪਹਿਲਾਂ ਇਹ 'ਚ ਲਵਾਵਾਂਗੇ ਪਾਣੀ ਇਸ ਏਰੀਏ 'ਚ। ਫਿਲਹਾਲ ਰਾਹੁਲ ਨੂੰ ਮੈਂ ਕਿਹਾ ਪਾਈਪ ਲਾਉਣ ਵਾਸਤੇ ਉਹ ਟਿਊਬ ਜੀ ਵਿਛਾਊਗਾ, ਅਤੇ ਇੱਧਰ ਪਹਿਲਾਂ ਇਹ ਖਾਲ ਭਰਾਂਗੇ, ਪਰਲਾ ਖਾਲ ਭਰਾਂਗੇ, ਫਿਰ ਇੱਕ ਇੱਕ ਕਰਕੇ ਨੱਕਾਂ ਮੋੜ ਦਾਂਗੇ ਇਹਨਾਂ ਨੂੰ। ਇਹ ਕਿੰਨੇ ਕਿੰਨੇ ਵੱਟਾਂ ਦਾ ਬਣਾਇਆ? 1, 2, 3, 4 ਇਹ ਜੀ 4-4 ਖਾਲਾਂ ਦਾ ਨੱਕਾ ਬਣਾਇਆ ਇਹਨਾਂ ਨੇ। ਚਲੋ ਇਹ ਵੀ ਵਧੀਆ ਆ, ਇੱਧਰ ਭਰ ਗਿਆ ਉੱਧਰ ਲੰਘ ਜੂ, ਉੱਧਰ ਭਰ ਗਿਆ ਇੱਧਰ ਲੰਘ ਜੂ। ਸੋ ਇਹ ਵੀ ਖੀਰੇ ਵਾਸਤੇ ਹੀ ਤਿਆਰ ਕੀਤਾ ਹੋਇਆ ਜੀ, ਠੀਕ ਹੈ, ਇੱਧਰ ਹੀ ਵੱਟਾਂ ਪ੍ਰੈਸ ਕਰਤੀ। ਲਓ ਜੀ ਕਲੋਲ ਹੋ ਗਈ, ਇੱਕ ਹੋਰ ਬੰਦੇ ਗਏ ਰੋਟੀ ਖਾਣ ਜਿਹੜੇ ਲੱਗੇ ਹੋਏ ਸੀ ਵੱਟਾਂ ਪ੍ਰੈਸ ਕਰਨ। ਸੋ ਜੀ ਚਾਬੀ ਉਹਨਾਂ ਕੋਲ ਆ, ਉਹ ਆਉਣਗੇ ਫਿਰ ਦੇਖ। ਆ ਗਏ ਸੀ ਬੰਦੇ ਆਪਣੇ, ਉਹ ਲੱਗ ਗਏ ਆਪਣੇ ਕੰਮ 'ਤੇ, ਪੈਪ ਆਪਾਂ ਕੱਢ ਲਿਆ ਅਤੇ ਰਾਹੁਲ ਲੱਗਿਆ ਪੈਪ ਲਾਉਣ। ਆਏ ਹਾਏ ਇੰਨਾ ਜ਼ੋਰ ਨਾ ਲਾ ਪਤੰਦਰਾ, ਕਿਤੇ ਟਿਊਬ ਨਾ ਤੋੜਦੀ ਤੂੰ, ਦੇਖੀ ਕਿਤੇ ਪੈਪ ਚਿੱਬਾ ਕਰ ਦੇਵੇਂ ਟਿਊਬ ਨਾਲ ਜ਼ੋਰ ਮਾਰ ਕੇ। ਇਹ ਹੈ ਜੀ ਆਪਣਾ ਰਾਹੁਲ। ਲਓ ਵੀ ਇੱਧਰ ਬਰੋਕਲੀ ਵੀ ਲੱਗੀ ਹੋਈ ਸੀ ਸੱਜਣੋ, ਆਹ ਤੁਹਾਨੂੰ ਬਰੋਕਲੀ ਦਿਖਾਉਂਦੇ ਹਾਂ। ਆਹ ਲਓ ਆਹ ਬਰੋਕਲੀ ਦੇਖੋ ਕਿੰਨੀ, ਇਹ ਤੁਰੀ ਨਹੀਂ ਵਿਚਾਰੀ। ਇੱਕ ਬਾਈ ਆਹ ਫੈਕਟਰੀ ਵਾਲੇ ਛੱਡ ਦਿੰਦੇ ਆ ਪਾਣੀ ਜਿਹਾ ਅਤੇ ਜੇ ਰੰਗ ਜਿਹੇ ਵਾਲਾ, ਬਾ ਉਹਦੇ ਕਰਕੇ ਵੀ ਕੰਮ ਖਰਾਬ ਹੋ ਜਾਂਦਾ ਆ। ਬਥੇਰੀ ਵਾਰੀ ਆਪਣੀ ਗੱਲਬਾਤ ਹੋ ਚੁੱਕੀ ਆ, ਪਰ ਅਗਲੇ ਟਲਦੇ ਨਹੀਂ, ਕੀ ਕਰੀਏ ਹੁਣ, ਹੈ ਨਾ। ਸਰੋਂ ਲਗਭਗ ਆਪਣੇ ਏਰੀਏ 'ਚ ਵੱਢਣੇ ਵਢਾਈ ਜਿਹੜੀ ਆ ਉਹ ਸਟਾਰਟ ਹੋ ਗਈ ਆ, ਇਹਨਾਂ ਨੇ 5 ਦਿਨ ਹੋ ਗਏ ਵੱਢੀ ਨੂੰ, ਅੱਗੇ ਜਿਹੜੀ ਆ ਉਹ 3 ਦਿਨ ਹੋ ਗਏ ਵੱਢੀ ਨੂੰ। ਆਪਣੇ ਵਾਲੀ ਸਰੋਂ ਦਾ ਵੀ ਦੇਖਦੇ ਹਾਂ ਕਦ ਲੱਗਦਾ ਨੰਬਰ। ਬਾਕੀ ਬਾਈ ਕਈ ਵੀਰਾਂ ਦੇ ਮੈਸੇਜ ਆ ਰਹੇ ਸੀ ਵੀਰ ਵਲੌਗ ਕਿਉਂ ਨਹੀਂ ਆ ਰਹੇ, ਵਲੌਗ ਕਿਉਂ ਨਹੀਂ ਆ ਰਹੇ। ਮੈਂ ਯਾਰ ਥੋੜ੍ਹਾ ਜਿਹਾ ਇਹ ਸੋਚਦਾ ਹੁੰਦਾ ਹਾਂ ਕਿ ਜੇ ਮੈਂ ਡੇਲੀ ਲਾਈਫ ਵਲੌਗਿੰਗ ਸਟਾਰਟ ਕਰਤੀ, ਪਤਾ ਨਹੀਂ ਤੁਸੀਂ ਮੈਨੇਜ ਕਰੋਗੇ ਕਿ ਨਹੀਂ ਕਰੋਗੇ। ਸੋ ਇਸ ਕਰਕੇ ਮੈਂ ਥੋੜ੍ਹਾ ਜਿਹਾ ਕਤਰਾਉਂਦਾ ਵਾਂ ਯਾਰ ਡੇਲੀ ਵਲੌਗਿੰਗ ਤੋਂ। ਬਾਕੀ ਜੇ ਪਿਆਰ ਮਿਲਦਾ ਰਿਹਾ ਤਾਂ ਬਾਈ ਡੇਲੀ ਵਲੌਗਿੰਗ ਵੀ ਕਰੀ ਜਾਵਾਂਗੇ। ਫਾਰਮਿੰਗ ਬਾਰੇ ਤੁਹਾਨੂੰ ਦੱਸੀ ਜਾਵਾਂਗੇ, ਜਿੱਦਾਂ ਜਿੱਦਾਂ ਮੈਂ ਸਬਜ਼ੀਆਂ ਦੀ ਖੇਤੀ ਕਰਦਾ ਵਾਂ, ਜਾਂ ਜੋ ਵੀ ਖੇਤੀ ਕਰਦਾ ਵਾਂ, ਕੁਛ ਘੱਟ ਵੱਧ ਮੈਨੂੰ ਦੱਸਿਆ ਕਰਿਓ। ਕੁਛ ਜੇ ਤੁਹਾਨੂੰ ਮੇਰੇ ਤੋਂ ਸਿੱਖਣ ਨੂੰ ਕੁਛ ਮਿਲਦਾ ਹੋਇਆ ਤਾਂ ਬਾਈ ਇਸ ਨਿਮਾਣੇ ਜਿਹੇ ਬੰਦੇ ਤੋਂ ਇਹ ਵੀ ਸਿੱਖ ਲਿਓ, ਠੀਕ ਹੈ। ਪੈਪ ਦਿੱਤਾ ਬੰਨ, ਹੁਣ ਕਰ ਇਹਨੂੰ ਸੈੱਟ, ਖਿੱਚ ਥੋੜ੍ਹਾ ਜਿਹਾ ਅੱਗੇ ਨੂੰ। ਲਓ ਵੀ ਪੈਪ ਵਿਛਵਾ ਲਈਏ, ਫਿਰ ਦੇਖਦੇ ਹਾਂ ਇੱਕ ਵਾਰੀ ਹਿਸਾਬ ਕਿਤਾਬ ਜੋ ਵੀ ਹੈ। ਕਹਿੰਦੇ ਵੀ ਪਾਣੀ ਕੱਢ ਜੰਤਰ ਦਾ ਬਟਨ ਚੱਲਿਆ ਰਾਹੁਲ ਦੱਬਣ, ਅਤੇ ਦੇਖੋ ਵੀ ਕੀ ਬਣਦਾ। ਅੱਜ ਨਵੇਂ ਸਟਾਈਲ ਨਾਲ ਵਲੌਗਿੰਗ ਕਰਾਂਗੇ, ਵਲੌਗਿੰਗ ਕਾਹਦੀ, ਕਬੱਡੀ ਵਾਲੀ ਕਮੈਂਟਰੀ ਇਹੋ ਹੀ ਪਈ ਆ। ਲਓ ਵੀ ਮਿੱਤਰੋ
ਕਹਿੰਦੇ ਚੋਬਰ ਨੇ ਬਟਨ ਦਿੱਤਾ ਦੱਬ ਤੇ ਵਗ ਜਾ ਫਟਾਫਟ ਜਾ ਕੇ ਪਾਣੀ ਦੇਖ। ਕਹਿੰਦੇ ਵੀ ਪਾਣੀ ਕੱਢ ਯੰਤਰ ਚੱਲ ਹੀ ਨਹੀਂ ਰਿਹਾ, ਲਾਈਟ ਤਾਂ ਆ ਰਹੀ ਆ। ਉਹ ਚੱਲ ਗਿਆ ਜੀ, ਦੇ ਦਿੱਤਾ ਕਹਿੰਦੇ ਪ੍ਰਭਾਵ ਪੈ ਗਿਆ। ਸੋ ਜੀ ਇਹ ਬੋਰ ਦਾ ਜਿਹੜਾ ਪਾਣੀ ਆ ਇਹ ਬਹੁਤ ਵਧੀਆ ਆ, ਇਹ 4 ਕਿੱਲੇ ਝੋਨਾ ਬੜੇ ਆਰਾਮ ਨਾਲ ਪਾਲੀ ਜਾਂਦਾ ਇਕੱਲਾ ਹੀ, ਅਤੇ ਕੋਈ ਇਹਨੂੰ ਜ਼ਿਆਦਾ ਉਹ ਹੈ ਨਹੀਂ ਲੋੜ। ਸੋ ਜੇ ਪਰਲੀ ਸਾਈਡ ਦੀ ਗੱਲ ਕਰੀਏ ਤਾਂ ਪਰਲੀਆਂ 2 ਮੋਟਰਾਂ ਵੀ ਰਲ ਕੇ 2 ਕਿੱਲੇ ਝੋਨਾ ਨਹੀਂ ਪਾਲ ਸਕਦੀਆਂ, ਇੰਨਾ ਕੰਮ ਕਹਿੰਦੇ ਖਰਾਬ ਆ। ਦੇਖੋ ਚੈੱਕ ਕਰੋ ਤੁਸੀਂ, ਚੋਬਰ ਦਾ ਬੰਨਿਆ ਪੈਪ ਜਗ੍ਹਾ ਜਗ੍ਹਾ ਤੋਂ ਚੋਂਦਾ ਆ। ਲਓ ਜੀ ਚੈੱਕ ਕਰੋ ਪੈਪ ਦਾ, ਅਤੇ ਤਤਕੀਰੀਆਂ ਪਵਾਤੀਆਂ ਪੈਪ ਦੀਆਂ। ਇਹ ਬਾਈ ਪੈਪ ਤਾਂ ਹੋ ਗਿਆ ਖਰਾਬ ਸਾਰਾ, ਮੈਨੂੰ ਲੱਗਦਾ VK ਸਰਵੋਤਮ ਦਾ ਆਪਾਂ ਨੇ ਯੂਜ਼ ਕਰਨਾ ਪੈਣਾ। ਇਹ ਪੈਪ ਜਦੋਂ ਮੇਰਾ ਐਕਸੀਡੈਂਟ ਹੋਇਆ ਪਿਆ ਸੀਗਾ ਉਦੋਂ ਛੋਟੇ ਵੀਰ ਨੂੰ ਕਿਸੇ ਨੇ ਮਹਿੰਗਾ ਦੇ ਦਿੱਤਾ ਸੀ। ਆਹ ਥੋੜ੍ਹਾ ਬਾਹਰ ਖਿੱਚੋ, ਇਹ ਕਣਕ 'ਚ ਨਾ ਜਾਣ ਦੇ। ਸੋ ਜੀ ਅੱਜ ਆਪਾਂ ਦੀ ਜਿਹੜੀ ਡਿਊਟੀ ਆ ਉਹ ਲੱਗੀ ਹੈ ਜਲ ਵਿਭਾਗ 'ਚ, ਆਪਾਂ ਨੇ ਅਲੱਗ ਅਲੱਗ ਨਹਿਰਾਂ ਨੂੰ ਪਾਣੀ ਦੇਣਾ ਆ। ਚੈੱਕ ਕਰੋ ਤੁਸੀਂ ਨਹਿਰਾਂ, ਤਾਂ ਜੀ ਪਹਿਲਾ ਪਾਣੀ ਜਿਹੜਾ ਮਿਲੂਗਾ ਉਹ ਮਿਲੂਗਾ ਲਾਸਟ ਵਾਲੀ ਨਹਿਰ ਨੂੰ। ਆਹ ਦੇਖੋ ਤੁਸੀਂ ਮੁੰਡੇ ਦਾ ਸਟਾਈਲ ਦੇਖੋ ਖਾਰਿਸ਼ ਕਰਨ ਦਾ, ਵੀ ਜੇ 15 ਕਹੀ ਛੁੱਟ ਗਈ ਅਤੇ ਪੁੜਪੜੀ 'ਚ ਵੱਜਣੀ ਆ ਗਏ ਤਾਂ ਟੰਕੇ ਲੱਗਣੇ ਨਹੀਂ ਡਾਕਟਰ ਕੋਲ। ਸੋ ਜੀ ਬਥੇਰੀ ਹੋ ਗਈ ਕਮੈਂਟਰੀ, ਮੈਂ ਦੇਖ ਲਾਂ ਸਾਹ ਵੀ ਚੜ੍ਹ ਗਿਆ ਮੈਨੂੰ ਤਾਂ, ਇੱਕ ਵਾਰੀ ਦੇਖ ਲਈਏ ਹਿਸਾਬ ਕਿਤਾਬ ਲਾ ਲਈਏ ਅਤੇ ਪਾਣੀ ਪੂਣੀ ਦੇ ਕੇ ਇੱਥੋਂ ਹੋਈਏ ਵਿਹਲੇ। ਫਿਰ ਤੈਨੂੰ ਪਰਲੇ ਖੇਤਾਂ 'ਚ ਲੈ ਕੇ ਚੱਲਦੇ ਹਾਂ। ਭਿੰਡੀ ਲੱਗਦੀ ਦਿਖਾਉਂਦੇ ਮੇਰੇ ਵੀਰਿਓ, ਭਿੰਡੀ ਲੱਗ ਰਹੀ ਹੈ ਪਰਲੀ ਸਾਈਡ, ਅਤੇ ਐਰ ਕੀ ਸੋਚਿਆ ਮਲਟੀ ਕਰੋਪ ਦਾ ਸਿਸਟਮ ਸੋਚਿਆ ਕਿ ਇਹਦੇ 'ਚ ਖੀਰਾ ਨਾਲ ਮਿਰਚ, ਅਤੇ ਲੈਟਸ ਸੀ ਕੀ ਬਣਦਾ ਆ। ਜੋ ਬਣੂਗਾ ਤੁਹਾਨੂੰ ਵਲੋਗ 'ਚ ਦਿਖਾਈ ਜਾਵਾਂਗੇ। ਜੇ ਫਾਰਮਿੰਗ ਦੇ ਵਲੋਗ ਚਾਹੀਦੇ ਬਾਈ ਜ਼ਰੂਰ ਦੱਸਿਓ, ਅਤੇ ਜੇ ਮੇਰੇ ਵੀਰ ਮੈਨੇਜ ਕਰ ਸਕਦੇ ਹੋ ਤਾਂ ਆਪਾਂ ਡੇਲੀ ਵਲੋਗ ਕਰੀ ਜਾਵਾਂਗੇ, ਕਿਉਂਕਿ ਇਨਫੋਰਮੇਟਿਵ ਔਰ ਬਾਕੀ ਚੀਜ਼ਾਂ ਦੇ ਵਲੋਗ ਇਸ ਕਰਕੇ ਰੁਕੇ ਆ, ਕੰਮ ਹਾਲੇ ਬਥੇਰਾ ਆਪਣੇ ਟਰੈਕਟਰ 'ਚ, ਠੀਕ ਹੈ ਜੀ, ਕਰਾਉਣ ਵਾਲਾ ਮੋਡੀਫਿਕੇਸ਼ਨ ਦਾ ਰੋਕੇ ਇਸ ਕਰਕੇ ਕਿ ਹੁਣ ਮੇਰਾ ਆ ਗਿਆ ਸੀਜ਼ਨ। 10-15 ਦਿਨ ਮੈਂ ਪੂਰਾ ਬਿਜ਼ੀ ਹਾਂ ਰੱਜ ਕੇ, ਅਤੇ ਜੋ ਮੇਰੀ ਡੇਲੀ ਲਾਈਫ ਹੈ ਮੈਂ ਉਹੀ ਵਿਖਾ ਸਕਦਾ ਹਾਂ ਫਿਲਹਾਲ। ਜੇ ਸਾਰੇ ਵੀਰ ਭਰਾ ਤੁਸੀਂ ਐਡਜਸਟ ਕਰ ਸਕਦੇ ਹੋ, ਦੇਖਣਾ ਚਾਹੁੰਦੇ ਹੋ ਕਿ ਆਪਣਾ ਕੀ ਡੇਲੀ ਰੂਟੀਨ ਰਹੇਗੀ ਇਸ 10 ਦਿਨਾਂ ਦੇ ਅੰਦਰ 15 ਦਿਨਾਂ ਦੇ ਅੰਦਰ, ਤਾਂ ਜ਼ਰੂਰ ਦੱਸਿਓ। ਦੇਖੋ ਕਹਿੰਦੇ ਚੋਬਰ ਪੱਟੀ ਜਾਂਦਾ, ਰੇਸ ਤੋਂ ਪੈਰ ਨਹੀਂ ਚੱਕਣਾ, ਟਰਾਲੀ ਭਾਵੇਂ ਪਿੱਛੇ ਪਹਿਲਾਂ ਪਾਉਂਦੀ ਆਵੇ ਆਪਾਂ ਰੇਸ ਤੋਂ ਪੈਰ ਨਹੀਂ ਚੱਕਣਾ। ਲਓ ਵੀ ਕਹਿੰਦੇ ਪਾਣੀ ਗਿਆ ਪਹੁੰਚ, ਮੁੰਡੇ ਨੇ ਲਾ ਤਾ ਨੱਕਾ। ਸੋ ਜੀ ਲਾ ਲਈਏ ਪਾਣੀ ਇੱਧਰ ਨੂੰ। ਸੋ ਹੁਣ ਚੱਲਦਾ ਜੀ ਮੈਂ ਥੋੜ੍ਹੀ ਦੇਰ ਦੀ, ਮੈਨੂੰ ਦਿਓ ਇਜਾਜ਼ਤ, ਫਿਰ ਮਿਲਣਾ ਤੁਹਾਨੂੰ। ਲਓ ਵੀ ਮਿੱਤਰੋ ਨਹਿਰਾਂ ਨੂੰ ਪਾਣੀ ਦੇ ਕੇ ਆਪਾਂ ਹੋ ਗਏ ਵਿਹਲੇ। ਇੱਧਰੋਂ ਤਾਂ ਹੋ ਗਿਆ ਜੀ ਕੰਮ ਆਪਣਾ ਫਾਈਨਲ, ਲਾਸਟ ਖਾਲੀ 'ਚ ਪਾਣੀ ਚੱਲ ਰਿਹਾ। ਕੰਮ ਦੇ ਅੰਦਰ ਬਈ ਮਜ਼ਾਕ ਕਰਨਾ ਵੀ ਜ਼ਰੂਰੀ ਹੁੰਦਾ, ਇਹ ਨਹਿਰਾਂ ਨੂਹਰਾਂ ਵਾਲਾ ਮਜ਼ਾਕ ਸੀ। ਸੋ ਹੁਣ ਆਪਾਂ ਜਿਹੜੇ ਖਾਲੀਆਂ ਖੀਰੇ ਜਿਨ੍ਹਾਂ 'ਚ ਲੱਗਣੇ ਆ ਪਾਣੀ ਦੇ ਕੇ ਹੋ ਗਏ ਆ ਵਿਹਲੇ। ਉੱਧਰ ਖੜੇ ਰਾਹੁਲ ਇਹ ਬਾਈ ਆਪਾਂ ਲਾਏ ਹੋਏ ਸੀਗੇ ਜਿਹੜੇ ਥੱਪਣ ਦੇ ਵੱਟਾਂ, ਇਹ ਆ ਗਏ ਸੀ ਪੈਪ ਉਪ ਕੱਢ ਕੇ ਪਾਣੀ ਦਿੱਤਾ ਲਾ ਹੁਣ ਆਪਾਂ, ਠੀਕ ਹੈ। ਅਤੇ ਇੱਧਰੋਂ ਹੋ ਕੇ ਵਿਹਲੇ ਪਰੇ ਜਾਣਾ, ਪਰੇ ਪਾਣੀ ਲੱਗਣਾ, ਫਿਰ ਦੂਸਰੇ ਜਗ੍ਹਾ ਜਾਣਾ ਜਿਹੜੇ 7 ਕਿੱਲੇ ਆਪਣੇ ਪਰਾਂ ਸ਼ੈੱਡ ਵਾਲੇ, ਉਹਨਾਂ 'ਚ ਜਿਹੜੀ ਮੂਲੀ ਭਿੰਡੀ ਮੂਲੀ ਦੇ ਅੰਦਰ ਭਿੰਡੀ ਲਾਈ ਆ ਅੱਜ, ਹੈ ਨਾ, ਉਹਦੇ ਅੰਦਰ ਵੀ ਪਾਣੀ ਦੇਣਾ ਆ। ਬਾ ਇੱਥੋਂ ਫ੍ਰੀ ਹੋ ਜਾਈਏ ਫਿਰ ਰਾਹੁਲ ਨੂੰ ਲਿਜਾ ਕੇ, ਉੱਧਰ ਚੱਲਦੇ ਹਾਂ ਫਿਰ ਅੱਗੇ ਤੁਹਾਨੂੰ ਪ੍ਰੋਸੈਸ ਦਿਖਾਉਂਦੇ ਹਾਂ ਜੋ ਵੀ ਰਹੂਗਾ। ਲਓ ਜੀ ਬਾਬਿਓ ਉੱਧਰ ਲੱਗ ਗਿਆ ਸੀ ਪਾਣੀ, ਹੋ ਗਿਆ ਕੰਪਲੀਟ, ਪੈਪ ਇਕੱਠਾ ਕਰਕੇ ਇੱਧਰ ਵਿਛਾ ਲਿਆ ਆਪਾਂ, ਅਤੇ ਲੱਗਦਾ ਲਾਈਟ ਚਲੀ ਗਈ ਬਾਬਿਓ, ਲਾਈਟ ਗਈ, ਲਾਈਟ ਮੈਨੂੰ ਲੱਗ ਰਿਹਾ ਬਾਈ ਜੀ ਲਾਈਟ ਗਈ। ਦੇਖਿਓ ਸਾਹਮਣੇ ਬੱਲਬ ਜਾਗ ਰਿਹਾ ਹੁਣ, ਇੱਧਰ ਤੁਹਾਡੇ ਨਾਲ ਗੱਲ ਕਰਦੇ ਕਰਦੀ ਲਾਈਟ ਗਈ ਆ, ਚਲੀ, ਠੀਕ ਆ, ਲਾਈਟ ਚਲੀ ਗਈ ਆ। ਹੁਣ ਆਪਾਂ ਪੈਪ ਕਰਾਵਾਂਗੇ ਫੋਲਡ ਰਾਹੁਲ ਕੋਲੋਂ, ਪੈਪ ਅੰਦਰ ਰਖਾ ਕੇ। ਸੋ ਨਿਕਲਦੇ ਹਾਂ ਪਰਲੀ ਸਾਈਡ, ਪਰਲੇ ਖੇਤਾਂ 'ਚ ਜਾ ਕੇ ਦੇਖਦੇ ਹਾਂ। ਉਹ ਪਾਣੀ ਤਾਂ ਉੱਧਰ ਵੀ ਲਾਉਣਾ ਸੀ, ਚਲੋ ਉੱਧਰ ਤਾਂ ਆਪਣੇ ਕੋਲ ਸਟੋਰੇਜ ਹੈਗੀ ਹੈ ਪਾਣੀ ਦੀ ਇੰਨੀ ਕੁ ਕਿ ਮੂਲੀਆਂ ਵਾਲੀ ਸਾਈਡ ਪਾਣੀ ਲੱਗ ਜੂਗਾ ਛੋਟੇ ਪੈਪ ਨਾਲ। ਹਾਂਜੀ ਬਾਬਿਓ ਆਪਾਂ ਪਹੁੰਚ ਗਏ ਦੂਸਰੀ ਮੋਟਰ 'ਤੇ, ਅਤੇ ਪਹਿਲਾਂ ਮੈਂ ਥੋੜ੍ਹਾ ਜਿਹਾ ਟਾਈਮ ਵੇਸਟ ਕੀਤਾ ਸਿਸਟਮ ਦੀ ਹਲਕੀ ਜਿਹੀ ਸੈਟਿੰਗ ਕਰਨੀ, ਟ੍ਰਿਬਲ ਬਹੁਤ ਜ਼ਿਆਦਾ ਆ ਰਹੀ ਸੀਗੀ ਉਹ ਕਰਕੇ ਹਟਿਆ ਵਾਂ, ਅਤੇ ਹੁਣ ਇੱਧਰ ਆ ਕੇ ਦੇਖਿਆ ਮੋਟਰ ਵਾਲੀ ਲਾਈਟ ਤਾਂ ਚਲੋ ਉੱਥੇ ਹੀ ਚਲੀ ਗਈ ਸੀ, ਹੈ ਨਾ, ਹੁਣ ਇੱਧਰ ਵੀ ਗਈ ਹੋਈ ਆ। ਹੁਣ ਆਪਾਂ ਹੀ ਕਰਨਾ ਕਿ ਆਪਣੇ ਕੋਲ ਜਿਹੜਾ ਚਵੱਚਾ ਉਹਦੇ 'ਚ ਪਾਣੀ ਇੰਨਾ ਹੈਗਾ ਆ ਕਿ ਇਹ ਮੂਲੀਆਂ ਨੂੰ ਲਾ ਦਈਏ, ਕਿਉਂਕਿ ਇਹਨਾਂ 'ਚ ਅੱਜ ਜਿਹੜਾ ਭਿੰਡੀ ਲੱਗੀ ਆ, ਭਿੰਡੀ ਦਾ ਬੀਜ ਜਿਹੜਾ ਉਹ ਲੱਗ ਗਿਆ। ਸੋ ਇਸ ਟਾਈਮ ਇਹਨਾਂ ਨੂੰ ਪਾਣੀ ਦੇਣਾ ਜ਼ਰੂਰੀ ਹੈ, ਸੁੱਕੇ ਪਏ ਆ ਬਿਲਕੁਲ। ਇਹ ਲੱਗੇ ਹੋਏ ਜੀ ਆਪਣੇ ਗੰਢੇ, ਇੱਧਰ ਵੀ, ਇੱਧਰ ਵੀ, ਠੀਕ ਹੈ, ਮੇਥੀ, ਉੱਧਰ ਲਸਣ, ਆਹ ਲੱਗਿਆ ਹੋਇਆ ਆਪਣਾ ਧਨੀਆ, ਆਹ ਪਾਲਕ ਸੀ, ਇਹ ਵੀ ਗੋੜ ਕੇ ਇਹ 'ਚ ਵੀ ਕੁਛ ਹੋਰ ਲਾ ਦਾਂਗੇ। ਇਹ ਸਾਰੇ ਪਿਆਜ਼ ਹੀ ਲੱਗਿਆ ਹੋਇਆ ਜੀ ਇੱਧਰ, ਠੀਕ ਹੈ, ਇਹ ਖੜਾ ਜੀ ਆਪਣਾ ਨੁਕਰਾ। ਸੋ ਜੀ ਅੱਜ ਦਾ ਜਿਹੜਾ ਕੰਮ ਸੀ ਉਹ ਤਾਂ ਆਪਣਾ ਹੋ ਗਿਆ ਡਨ, ਠੀਕ ਹੈ। ਹੁਣ ਬੀਜ ਦੇਖੋ ਕੱਲ੍ਹ ਆਉਂਦਾ ਖੀਰੇ ਦਾ ਜਾਂ ਪਰਸੋਂ ਆਉਂਦਾ, ਜਿੱਦਾਂ ਵੀ ਆਇਆ ਫਿਰ ਉਸ ਹਿਸਾਬ ਨਾਲ ਉਹ ਕੰਮ ਕਰਾਂਗੇ। ਸੋ ਇੱਧਰ ਤੁਸੀਂ ਕਣਕ ਦੇਖੋ, ਗੋਲਡਨ ਗੋਲਡਨ ਸ਼ੇਡ ਆਉਣ ਲੱਗ ਗਿਆ ਕਣਕ 'ਤੇ। ਸਰੋਂ ਆਪਣੀ ਜਿਹੜੀ ਹੈ ਉਹ ਹੁਣ 10 ਕੁ ਦਿਨਾਂ ਦੇ ਅੰਦਰ ਵੱਢ ਦੇਣੀ ਆ, ਔਰ ਇੱਕ ਇਹ ਮਹਾਰਾਣੀ ਨੂੰ ਵੀ ਠੀਕ ਕਰਾ ਕੇ ਲਿਆਉਣਾ ਆ, ਇਹਦੀ ਹੁੱਕ ਜਿਹੜੀ ਆ ਅੰਦਰ ਵੜ ਗਈ ਇੱਥੋਂ ਨੜ ਜਾ, ਇਹ ਵੀ ਕਢਾਉਣਾ ਆ ਕਿਉਂਕਿ ਅੱਗੇ ਇਹਦੀ ਲੋੜ ਆ ਹੁਣ ਸਬਜ਼ੀਆਂ 'ਚ। ਸੋ ਜੀ ਅੱਜ ਆਪਾਂ ਫੇਸ ਵਲੋਗਿੰਗ ਜਿਹੜੀ ਬਹੁਤ ਘੱਟ ਕੀਤੀ ਆ ਵੈਸੇ, ਅਤੇ ਮੇਨ ਤੁਹਾਨੂੰ ਮੇਨ ਮੇਨ ਚੀਜ਼ਾਂ ਦਿਖਾਉਂਦਾ ਰਿਹਾ ਮੈਂ। ਹੁਣ ਅੱਜ ਦੇ ਜਿਹੜੇ ਕੰਮ ਆਪਣੇ ਉਹ ਡਨ ਹੋ ਜਾਣੇ ਆ, ਸੋ ਅੱਜ ਦਾ ਵਲੋਗ ਵੀ ਆਪਾਂ ਡਨ ਕਰਦੇ ਹਾਂ। ਜੇ ਤੁਹਾਨੂੰ ਸਾਰਿਆਂ ਨੂੰ ਇਹ ਫਾਰਮਿੰਗ ਵਲੋਗ ਵਗੈਰਾ ਅੱਛੇ ਲੱਗਦੇ ਆ, ਡੇਲੀ ਵਲੋਗ ਅੱਛੇ ਲੱਗਦੇ ਆ, ਤਾਂ ਜ਼ਰੂਰ ਦੱਸਿਓ, ਫਿਰ ਆਪਾਂ ਇਹੀ ਸਟਾਰਟ ਕਰ ਦਾਂਗੇ। ਬਾਕੀ ਹੁਣ ਰਹਿ ਗਿਆ ਤਾਂ ਬੈਟਰੀ ਦਾ, ਹੁੱਡ ਦਾ, ਬਾਕੀ ਛੋਟੇ ਮੋਟੇ ਕੰਮ ਜਿਹੜੇ ਲਾਈਟਾਂ ਲੂਈਟਾਂ ਵਾਲੇ ਰਹਿ ਗਏ ਆ,
ਉਹ ਹੁਣ ਮੈਂ ਇਸ ਸੀਜ਼ਨ ਤੋਂ ਬਾਅਦ ਹੀ ਕਰਾਵਾਂਗਾ। ਸੀਜ਼ਨ ਮਤਲਬ ਇਹ 10-15 ਦਿਨ ਤੋਂ ਬਾਅਦ, ਮੇਰਾ ਤਾਂ ਸੀਜ਼ਨ ਹੀ ਹੋ ਗਿਆ ਨਾ। ਸੋ ਠੀਕ ਹੈ ਜੀ, ਇਸ ਤੋਂ ਬਾਅਦ ਆਪਾਂ ਇਹਨੂੰ ਕਰਾਵਾਂਗੇ ਬਾਕੀ ਦਾ ਕੰਮ ਇਹਦਾ। ਅਤੇ ਹੁਣ ਚੱਲਦੇ ਹਾਂ ਜੀ, ਮਿਲਦਾ ਫਿਰ ਕੱਲ੍ਹ ਨਵੇਂ ਵਲੋਗ ਨਾਲ। ਅੱਜ ਲਈ ਬਸ ਇੰਨਾ ਹੀ।